Hello ladies and gentlemen, it's me Wahab aka Lala Shah. آج ہمارے شو میں ایک مشہور ہستی آ رہی ہیں جنہوں نے ایک فیملی آ رہی ہے ایک پورا خاندان آ رہا ہے جنہوں نے انگریزوں کی دوڑے لگا دی ان کا نام ہے پلیز رائز فرام یور کرسیاں ہم ان کی بھرپور تالیاں تالیوں کی آواز نہیں آئی بھرپور تالیوں کے ساتھ استقبال کرتے ہیں ہمارے شو میں عامر خان اے کے اے منگل پانڈے کری کرا لو بھرپور تالیاں السلام علیکم اور میرا پرنام ہو میرے ہل وطنوں اور میرے عزیزوں کو میں آپ کا عامر خان منگل پانڈے کری کرا لو یہ مچھاں بغیر تو عام مچھاں نہیں ہیں سارے کار دی پنجی ڈال دی جنہ لے کے ایوہ مچھاں کرار دا ہوں اور بغیر تو تالیاں بجاؤ شکریہ آج میرے نال میری پوری فیملی آئی ہے جنہیں گوریاں دی واٹ لا چھڑی تھی میں تانو ایک ایک واری کر کے ملاواں گا اپنی فیملی نال پلیز ایک واری پھر تالیاں بغیر تو اوکے جی آؤ میں تانو سب سے پہلے ملاواں اپنے پردادا جی نال منگل پوجا ਪਾਜੀ ਇਹ ਜੇ ਮੇਰੇ ਪੜਦਾਦਾ ਧਿਆਨ ਨਾ ਵੇਖੋ ਡੈਨ ਪੜਦਾਦੇ ਨੂੰ ਵੇਖ ਕੇ ਗੋਰਿਆਂ ਦਾ ਇੱਕ ਹੀ ਨਾਰਾ ਸੀ ਹਿੰਮਤ ਜੁਰਤ ਸ਼ੋਹਰਤ ਵਾਲਾ ਸਾਰੀ ਕੌਮ ਕਾ ਇੱਕ ਹੀ ਨਾਰਾ ਮੰਗਲ ਕੋ ਜਾ ਹਮਾਰਾ ਹਮਾਰਾ ਮੇਰੇ ਪੜਦਾਦਾ ਜੀ ਨੇ ਗੋਰਿਆਂ ਨਾਲ ਕੋਈ 25 ਫਾਈਟਾਂ ਲੜੀਆਂ ਜਿਹੜੇ ਵਿੱਚ ਇੱਕ ਫਾਈਟ ਵਿੱਚ ਵੀ ਫੈਰ ਨਹੀਂ ਕੀਤਾ ਇੱਕ ਵਾਰੀ ਫੈਰ ਕੀਤਾ ਉਹ ਵੀ ਆਪਣਾ ਹੀ ਬੰਦਾ ਮਾਰ ਛੜਿਆ ਉਹਦੇ ਬਾਅਦ 25 ਸਾਲ ਦੀ ਸਸਪੈਂਸ਼ਨ ਲੱਗ ਗਈ ਜੰਗ ਵਿੱਚ ਨਹੀਂ ਜਾ ਸਕੇ ਚਲੋ ਬਗੈਰ ਤੋਂ ਤਾਲੀਆਂ ਹੋ ਜਾਓ ਆਓ ਤੁਹਾਨੂੰ ਮੈਂ ਮਿਲਾਵਾਂ ਹੁਣ ਆਪਣੇ ਅੱਬਾ ਜੀ ਨਾਲ ਤਾਲੀਆਂ ਉਹ ਮਾਸ਼ਾਅੱਲਾਹ ਅੱਬਾ ਜੀ ਦਾ ਮੂੰਹ ਵੇਖੋ ਚੂਈ ਨੇ ਮੁੱਛਾਂ ਰੱਖੀ ਹੈ ਅੱਬਾ ਜੀ ਅੰਗਰੇਜ਼ਾਂ ਦੀ ਕਿਤਾਬਾਂ 'ਤੇ ਮਸ਼ਹੂਰ ਤਰੀਨ ਬੰਦੇ ਵਰਲਡ ਵਾਰ 5 'ਚ ਅੰਗਰੇਜ਼ਾਂ ਦੀ ਬੁੱਕ ਵਿੱਚ ਵੇਖੋ ਸਫ਼ਾ ਨੰਬਰ 75 ਵਿੱਚ ਚੈਪਟਰ ਨੰਬਰ 6 ਅੱਬਾ ਜੀ ਦਾ ਵਾਕਿਆ ਮਸ਼ਹੂਰ ਹੈ ਕਿ ਗੋਰਿਆਂ ਦੀ ਬੰਦੂਕਾਂ ਦੀ ਗੋਲੀਆਂ ਮੁੱਛਾਂ ਨਾਲ ਰੋਕ ਕਰ ਰਾਜਮਾਂ ਸਮਝ ਕੇ ਚਬਾ ਜਾਂਦੇ ਸੀ ਅੱਬਾ ਜੀ ਇੱਕ ਨੌਜਵਾਨ ਸਿਪਾਹੀ ਸੀ ਜਿਹਨੇ ਸਾਰੀ ਜ਼ਿੰਦਗੀ ਸਾਨੂੰ ਇਹ ਹੀ ਭੁਲੇਖੇ 'ਚ ਰੱਖਿਆ ਪੁੱਤਰਾ ਮੈਨੂੰ ਬੜੀ ਗੋਲੀਆਂ ਵੱਜੀ ਲੇਕਿਨ ਊਂ ਆ ਕੇ ਸਾਨੂੰ ਪਤਾ ਚੱਲਿਆ ਕਿ ਅੱਬਾ ਜੀ ਨੇ ਅੱਜ ਤੱਕ ਦੇ ਜੰਗ ਵਿੱਚ ਗੋਲੀ ਨਹੀਂ ਚਲਾਈ ਸੀ ਉਹ ਜੰਗ ਸਰਦਰਦ ਹੁੰਦੀ ਸੀ ਟਹਿਣਾ ਦੀ ਗੋਲੀ ਖਾਂਦੇ ਸੀ ਸਾਨੂੰ ਉਹ ਕਹਿੰਦੇ ਮੈਨੂੰ ਗੋਲੀਆਂ ਮੈਂ ਖਾਂਦਾ ਸੀ ਅੱਬਾ ਜੀ ਯੂ ਆਰ ਦਾ ਗ੍ਰੇਟ ਪਰਸਨ ਆਈ ਐਵਰ ਸੀ ਆਈ ਲਵ ਯੂ ਇਹ ਆਮ ਮੁੱਛਾਂ ਨਹੀਂ ਹੈ ਅੱਬਾ ਜੀ ਦਾ ਧਿਆਨ ਨਾਲ ਮੂੰਹ ਵੇਖੋ ਬਸ ਵੇਖੀ ਜਾਓ ਜਾਂਦੇ ਜਾਂਦੇ ਹੀ ਵਾਰੀ ਅੱਬਾ ਜੀ ਨੇ ਇੱਕ ਹੋਰ ਜੁਗਾ ਲਾ ਦਿੰਦੇ ਆ ਬਾਬਾ ਜੀ ਦਾ ਮੂੰਹ ਵੇਖੋ ਚੂਹੀ ਟੈਸਟ ਦੇਣਾ ਹੀ ਹੈ ਚਲੋ ਤਾਲੀਆਂ ਵਜਾਓ ਬਗੈਰ ਤੋਂ ਆਓ ਤੁਹਾਨੂੰ ਮਿਲਾਈਏ ਆਪਣੇ ਭਰਾ ਨਾਲ ਇਹ ਮੇਰਾ ਜੇ ਭਰਾ ਸਾਰੀ ਉਮਰ ਇੰਨੇ ਗੰਦੀਆਂ ਮੂਹੀਆਂ ਵੇਖ ਵੇਖ ਕੇ ਆਪਣੀ ਮੁੱਛਾਂ ਝੜ ਗਈਆਂ ਉਹ ਭਰਾ ਆਪਣੇ ਅੱਬੇ ਔਰ ਦਾਦੇ ਦੀ ਦਰਖ ਮੁੱਛਾਂ ਵਾਪਸ ਲੈ ਕੇ ਆ ਉਹ ਗੰਦੀ ਫਿਲਮਾਂ ਦੇਖਣੀ ਬੰਦ ਕਰ ਆਓ ਤੁਹਾਨੂੰ ਹੁਣ ਉਹ ਬਗੈਰ ਤੋਂ ਤਾਲੀਆਂ ਵਜਾਓ ਆਓ ਤੁਹਾਨੂੰ ਆਪਣੀ ਹਸੀਅਤ ਇੱਕ ਮਸ਼ਹੂਰ ਹਸੀਅਤ ਨਾਲ ਮਿਲਾਈਏ ਆਪਣੇ ਚਾਚਾ ਜੀ ਨਾਲ ਧਿਆਨ ਨਾਲ ਚਾਚਾ ਜੀ ਦਾ ਮੂੰਹ ਵੇਖੀਓ ਧਿਆਨ ਨਾਲ ਚਲੋ ਬਗੈਰ ਤੋਂ ਤਾਲੀਆਂ ਵਜਾਓ ਇਹ ਜੇ ਮੇਰੇ ਹਸੀਨ ਚਾਚਾ ਓ ਮਾਸ਼ਾਅੱਲਾਹ ਓ ਮਾਸ਼ਾਅੱਲਾਹ ਚਾਚਾ ਜੀ ਦਾ ਧਿਆਨ ਨਾਲ ਮੂੰਹ ਵੇਖੋ ਲੋਹੇ ਦਾ ਲੱਡੂ ਹੁੰਦਾ ਚਾਚਾ ਜੀ ਔਰ ਅੱਬਾ ਜੀ ਦੀ ਆਪਸ ਇੱਕ ਦੇ ਕੁੱਤਿਆਂ ਹੈਰ ਵੈਰ ਆਪਸ ਵਿੱਚ ਅੱਬਾ ਜੀ ਔਰ ਚਾਚਾ ਜੀ ਦਾ ਇਹ ਦੁਸ਼ਮਣੀ ਹੈ ਕਿ ਮੁੱਛਾਂ ਔਰ ਦਾੜੀ ਦੀਆਂ ਚਾਚੇ ਜੀ ਨੇ ਅੱਬੇ ਨੂੰ ਕਿਹਾ ਕਿ ਤੂੰ ਮੁੱਛਾਂ ਰੱਖ ਕੇ ਕਿਹੜੀ ਕੁੜੀ ਫਸਾ ਲਈਏ ਆਹ ਤੁਹਾਨੂੰ ਹੁਣ ਆਪਣੀ ਪੂਰੀ ਫੈਮਿਲੀ ਦਾ ਮਿਲਾ ਛੜਿਆ ਔਰ ਤੁਹਾਨੂੰ ਹੁਣ ਐਂਡ ਦੇ ਵਿੱਚ ਇੱਕ ਹਾਲਤ ਸੁਭਾਈਏ ਛੋਟੀ ਸੀ ਆਪਣੀ ਫੈਮਿਲੀ ਦੀ ਚਾਚਾ ਜੀ ਆਈ ਲਵ ਯੂ ਐਂਡ ਯੂ ਆਰ ਸੋ ਹੈਂਡਸਮ ਦਾ ਵਰਲਡ ਇਹ ਜੇ ਮੇਰੀ ਹੁਣ ਫੈਮਿਲੀ ਵੇਖੀ ਜਾਓ ਧਿਆਨ اس کے ساتھ ہی ہمارا یہ منگل پانڈے شو ختم ہوتا ہے وہاب شاہ اے کے لالا شاہ کو اجازت دیں آئی ہوپ آپ کو یہ شو کا مزہ آیا ہوگا اگر میں نے اس مووی میں کوئی غلط الفاظ بولے ہوں میں معذرت چاہتا ہوں منگل جی سے اب آخر میں ہم تھوڑا سا آپ کو منگل پانڈے اور ڈیسنٹ بوائز کا تھوڑا سا سلائی شو دکھائیں گے آئی ہوپ
आप इस स्लाइड शो से इंजॉय करेंगे। और इंशाअल्लाह हम नेक्स्ट प्रोग्राम में फिर वापस आएंगे एक नई मूवी के साथ। इसके साथ ही लाला शाह को इजाज़त दें। आई होप आपको एंड में स्लाइड शो पसंद आएगा। खुदा हाफिज़।